ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਬਾਈ। ਕਾ ਹੋਣ ਲੱਗ ਗਿਆ ਪਰ ਕਾ ਚ ਡੀਲਾ ਬਹੁਤ ਆ। ਡੀਲੇ ਦੀ ਦਵਾਈ ਦੱਸਦੀ ਮੈਂ ਫਿਰ ਘਾ ਨਹੀਂ ਮਾਰੂਗੀ। ਉਹ ਨਹੀਂ, ਘਾ ਨਹੀਂ ਮਾਰਦੀ। ਕਿਹੜੀ ਦਵਾਈ ਹੈ ਜੀ? ਕਈ ਦਵਾਈਆਂ ਹੈਗੀਆਂ। ਅਰੇ ਆਹ ਘਾ ਕਿੰਨਾ ਘੈਂਟ ਜੰਮਿਆ ਬਾਈ ਜੀ, ਡੀਲਾ ਜਾ ਮੇਰੇ ਜਾ ਕੇ ਦੇਖੀ ਘਾ ਤੂੰ ਪਿਆ ਹੀ ਮਾਰਦਾ। ਮੈਂ ਤਾਂ ਕਹਿੰਦਾ ਉੱਧਰ ਖੇਤ ਦਾ ਫਰਕ ਆ ਫਿਰ। ਖੇਤ ਦਾ ਨੀ, ਮੈਂ ਤਾਂ ਆਪ ਕਹਿੰਦਾ ਵੀ ਉਹੀ ਮੈਂ ਪੰਗੇ ਚ ਰਿਹਾ ਇੱਕ ਮਹੀਨਾ ਡਿੱਕੀ ਗਿਆ ਉਹਨੂੰ, ਡੇਢ ਮਹੀਨਾ ਹੁਣ ਤਾਂ ਪੈ ਕੇ ਲਿਟਰੇ ਲੱਗਾ ਹੋ ਜਾਣਾ। ਤਾਂ ਸਸਤਾ ਨਾਲੇ ਸਾਰਾ ਹੀ ਧੁੱਪ ਮੇ ਲੀਡੂਗਾ ਧੁੱਪਾ ਤੇਰਾ ਸਿਆਲ ਮਾ। ਹੁਣ ਇਹ ਡੀਲਾ ਕੱਢ ਕੇ ਇਹਨੂੰ ਉੱਪਰ ਤੋਂ ਸਿਕਾਈ ਕਰ ਦੋ। ਹਾਂ, 400 ਫੁੱਟ ਏਰੀਆ ਹੋਣਾ ਉਹ, ਮੈਨੂੰ ਲੱਗਦੀ 600 ਰੁਪਇਆ ਖਰਚਾ ਨੀ ਆਇਆ। ਅਗਲੀ ਵਾਰੀ ਸਪਰੇ ਕਰ ਦੀ ਕੰਮ ਇਹ। ਨਾ ਨਾ, ਉਹ ਜਿਹੜਾ ਪਰਾ ਪਲਾਂਟ ਪਿਆ ਤੇਰਾ ਜਿੱਥੇ ਘਾ ਲਾਇਆ ਉੱਥੇ ਆਪਣਾ ਬੀਜੋ ਮਾਦੀ ਬੀਜੋ ਉਰੇ ਛੱਡ ਦੇ। ਇਹ ਨਾ ਖੇਡ ਜੀ ਬਾਈ, ਪਲਾਂਟ ਦੂਰ ਆ ਅਲੱਗ ਆ ਉੱਥੇ ਜੋ ਮਰਜ਼ੀ ਕਰੀ ਆ ਪਾਲਕ ਲਾ ਲਾ ਜੋ ਮਰਜ਼ੀ ਲਾ ਲਾ ਉੱਥੇ ਲਾ ਲਾ ਉਰੇ ਲਾ ਲਾ ਆਹ ਜਗ੍ਹਾ ਛੱਡ ਪਾਣੀ ਨੇੜੇ ਪਾਉਣੇ ਨੂੰ ਜਿਹੜੀ ਮੱਝ ਕੱਢਦੇ ਖਰਾਬ ਕਰਦੀ ਲੱਗਣਾ ਛੋਟੀ ਗੱਲ ਸੰਗੜੇ ਪਾਉ ਤੇ ਕੱਖ ਪਾਈ ਅੱਜ ਗਾਹ ਵੱਢ ਕੇ ਲਿਆ ਖਾ ਸੱਜ ਰਹੀ ਉਹ ਮੰਡ ਚ ਤੇ ਪਾਰਕ ਪੰਗਾ ਤਾਂ ਸਾਂਭਣੇ ਦੀ ਜ਼ਿੰਮੇਵਾਰੀ ਸਾਡੇ ਹੱਥ ਖੜੇ ਆ। ਉਹ ਆਪਣੇ ਘਰਦਿਆਂ ਦੀ ਜਿਨ੍ਹਾਂ ਨੇ ਲਵਾਇਆ ਏ, ਆਪਾਂ ਸਿਰਫ ਸਮਾਨ ਲਿਆ ਕੇ ਦੇਣੇ ਵਾਲੇ ਆ। ਠੀਕ ਆ, ਉਦੋਂ ਲਵਾ ਤਾ ਹੋਇਆ ਕਦੇ ਚੱਲ ਜੀ ਕਰਿਆ ਤਾਂ ਟੈਂਕੀ ਤੇ ਕਹਿਣਾ ਮਸ਼ੀਨ ਜੀ ਰੋਣੇ ਵਾਲੀ ਲੈ ਦੱਸ 7-8 ਹਜ਼ਾਰ ਰੁਪਏ ਲਾਉਂਗਾ। ਉਹ ਇੰਨੇ ਦੀ ਕਿੱਥੇ ਆ? ਮੋਟਰ ਵਾਲੀ ਇੰਨੇ ਦੀ ਆ, ਬਿਨਾਂ ਮੋਟਰ ਵਾਲੀ 3-4 ਹਜ਼ਾਰ ਦੀ ਆ, 3 ਦੀ ਉਹ ਲੋੜੇ ਨਹੀਂ ਹੈ। ਪਹਿਲਾਂ ਦੱਸਿਆ ਮੈਂ ਤੁਹਾਨੂੰ ਲੈ ਦਿੰਦੀ ਤੁਸੀਂ ਘਾ ਤਾਂ ਕਰੋ, ਘਾ ਕਿਤੇ ਹੋਣਾ ਆਪੇ ਸੈਟ ਆਪੇ ਮਸ਼ੀਨ ਲੈ ਜਾਣੀ ਦੇਖੀ ਜਾ ਤੂੰ।
ਤਜਰਬਾ ਦੇਖਿਆ ਬਈ ਇੱਕ ਫੁੱਟ ਗੱਲ ਕਰ ਜੀ ਤਾਂ 25 ਫੁੱਟ ਏਰੀਆ ਲੱਗ ਜਾਂਦਾ ਜੇ ਇੱਕ ਫੁੱਟ ਨਾ 25 ਫੁੱਟ ਕੱਢ ਕੱਢ ਕੇ ਹੈ ਬਹੁਤ ਵਾਧਾ ਬਾਈ ਅੱਧਾ ਡੀਲੇ ਖਾ ਗਿਆ ਡੀਲਾ ਵੱਡਾ ਡੀਲਾ ਸਮਝਾ ਵੀ ਡੀਲਾ ਕਿਹੜਾ ਰੱਖ ਗਿਆ ਪੱਟਣਾ ਵੀ ਸੌਖਾ ਉੱਪਰ ਪੱਟ ਕੇ ਰੱਖ ਤਾ ਜਿਹੜੀ ਜੜਾ ਇੱਕ ਦੂਜੇ ਬਾਜ ਰਹੀ ਨੀ ਪੱਟਣਾ ਪੂਲਿਆ ਮਿੱਟੀ ਪੂਲੀ ਕਰ ਜੜਦਾ ਕੱਢਦਾ ਨੀ ਤੂੰ ਸਭ ਕੁਛ ਪੋਲਾ ਪਿਆ ਜੜ ਦਾ ਕੰਮ ਕੱਲੂ ਹੋਇਆ ਲੈ ਬਾਕੀ ਬਾਕੀ ਕੰਮ ਕਰੀਏ ਬੰਦੇ ਤੁਹਾਨੂੰ ਕੱਢੀ ਜਾਣੇ ਯਾਰ ਤੂੰ ਕੰਮ ਕਰੀ ਜਾਣਾ ਬਸ ਜਿਹੜਾ ਕੰਮ ਕਰਨਾ ਉਹਨਾਂ ਤਸੱਲੀ ਦਾ ਕਰੋ ਵੀ ਕਰਨਾ ਉਹ ਕੋਈ ਚੱਕਰ ਨਹੀਂ ਜੇ ਦੁਬਾਰਾ ਨਹੀਂ ਹੋਣ ਦੇਣਾ ਲੈ ਸਪਰੇ ਕਰ ਦੇਣੀ ਦੁਬਾਰਾ ਆਪਾਂ ਨੇ ਇੱਕ ਵਾਰ ਤੂੰ ਇਹਨੂੰ ਗੋਡਾ ਆਪਾਂ ਇਹਦੀ ਕਟਾਈ ਕਰੀਏ ਕਟਾਈ ਕਰਕੇ ਡੀਲਾ ਹੋ ਕੇ ਸਪਰੇ ਕਰ ਦੇਣੀ ਫਿਰ ਠੀਕ ਹੈ ਬਾਕੀ ਬਾਈ ਭਤੀਜੀ ਦਾ ਅੱਜ ਬਰਥਡੇ ਦਾ ਅੱਜ ਬਰਥਡੇ ਆ ਭਾਈ ਬੰਦੇ ਨੂੰ ਡੀਜੀ ਦੇ ਬੰਦੇ ਆਉਂਦੇ ਆ ਮੇਰੀ ਭਤੀਜੀ ਦਾ ਗੱਗੇ ਦੀ ਭਤੀਜੀ ਦਾ ਭਾਈ ਬਰਥਡੇ ਸਾਲ ਦੀ ਗੁੱਡੀ ਦਾ 2 ਸਾਲ ਦੀ ਹੋ ਗਈ ਅੱਜ 2 ਸਾਲ ਦੀ ਹੋ ਗਈ ਹਾਂ ਕਿਸ਼ਮੀਤ ਆ ਦਾ ਨਾਮ ਰਸਨੀਤ ਰਸਨੀਤ ਹਾਂ ਰਸਨੀਤ 2 ਸਾਲ ਦੀ ਹੋ ਗਈ ਹੈ ਦੇਖ ਲੈ ਉਸ ਦਿਨ ਲਾ ਜਿੰਦੇ ਹੋ ਜਿੱਦਾਂ ਇਹ ਤਾਂ ਆਈ ਜਨਾ ਮੈਂ ਕਹਿ ਦਿੰਦਾ ਸਾਥ ਹੀ ਜਿਵੇਂ ਸਾਲ ਹੋ ਗਏ 2 ਸਾਲ ਹੋ ਗਏ ਸਾਲ ਹੋ ਗਏ ਅੱਜ ਕੱਲ ਜੀ ਗਿਆ ਉਹ ਪਾਠ ਤੇ ਪਾਠ ਤੇ ਆਇਆ ਜਿੱਦਾਂ ਕੁੜੀ ਜਾਂ ਦਿੰਦਾ ਬਾਹਰ ਗਿਆ ਹੈ ਉਹਦੇ ਮਤਲਬ 2-3 ਦਿਨ 3 ਦਿਨ ਬਾਅਦ ਗਿਆ ਤਾ ਹਾਂ 3 ਦਿਨ ਹਾਂ ਆਹੀ ਆਹੀ ਜਿਹੜਾ ਉੱਥੇ ਦਿਨ ਗਿਆ ਹਾਂ 12 13 14 15 ਨੂੰ ਆਹੀ ਗਿਆ ਤਾ ਬਸ ਤੂੰ ਫਿਰ ਦਿਨ ਤੱਕ ਨਹੀਂ ਲਾ ਜਿੰਦੇ ਦੇਖ ਲੈ ਸਾਲ ਹੋ ਗਏ ਸਾਲ ਹੋ 2 ਸਾਲ ਹੋ ਗਏ ਬਾਅਦ ਨੂੰ ਰਸ਼ਪਾਲ ਦਾ ਵਿਆਹ ਲਿਆ ਜਿਹੜਾ 3 ਸਾਲ ਹੋ ਗਏ ਜਿਹੜੇ ਜੇਲ੍ਹ ਚ ਬੰਦ ਕਰੇ ਉਹਨੂੰ ਪੁੱਛ ਕੇ ਕੀ ਟਾਈਮ ਕਿੰਨਾ ਲੰਘਦਾ ਲੱਗਦਾ ਪਤਾ ਨਹੀਂ ਲੱਗਦਾ ਆਪਾਂ ਨੂੰ ਕਿੱਦਾਂ ਚੜਦਾ ਮੈਂ ਸ਼ਾਮ ਨੂੰ 4 ਵਜੇ ਕੇ ਚੱਲੋ ਮੋਟਰ ਇਹਨਾਂ ਨੇ ਕਹਿੰਦਾ ਜੇਲਰ ਨੂੰ ਨਹੀਂ ਪਤਾ ਹੁੰਦਾ ਟਾਈਮ ਕਿੱਦਾਂ ਲੰਘਦਾ ਟਾਈਮ ਤਾਂ ਕੈਦੀਆਂ ਨੂੰ ਪਤਾ ਕਿੰਨਾ ਲੰਘਦਾ ਜੇਲਰ ਰੋਜ਼ ਡਿਊਟੀ ਤੇ ਆਉਂਦਾ 12 ਘੰਟੇ ਕਰਦਾ ਵੀ ਨਹੀਂ ਲੰਘ ਜਾਂਦਾ ਚਾਹੇ ਉਹਦੀ 30 ਸਾਲ ਦੀ ਸਰਵਿਸ ਆ ਪਰ ਕੈਦੀਆਂ ਨੂੰ ਪੁੱਛ ਕੇ ਦੇਖਿਓ ਜਿਹੜੇ ਵਿਚਾਰੇ ਉੱਥੇ ਹੁੰਦੇ ਆ ਵੀ ਟਾਈਮ ਕਿੰਨਾ ਲੰਘਦਾ ਉਹਦੇ ਤਾਂ ਸ਼ਾਹੀ ਟਾਈਮ ਪੰਜਾਬ ਦੇ ਤਾਂ ਪੰਜਾਬ ਲੈ ਪੰਜਾਬ ਵਰਗੀ ਮੌਜ ਕਿੱਥੇ ਯਾਰ ਇੱਕ ਬੰਦਾ ਕਰਦਾ ਸਾਰਾ ਟੱਬਰ ਖਾਂਦਾ ਰਾਜਿਆਂ ਦਾ ਟਾਈਮ ਲੰਘਦਾ ਪੰਜਾਬ ਦਾ ਨਹੀਂ ਕਿਸੇ ਨੂੰ ਕੋਈ ਵੀ ਪਤਾ ਹੈ ਬਾਈ ਪੰਜਾਬ ਵਿੱਚ ਜਿਹੜੇ ਹੈ ਬਾਈ ਮੈਂ ਕਹਿੰਦਾ ਰਾਜੇ ਆ ਪੰਜਾਬ ਚ ਮੈਂ ਤੈਨੂੰ ਆਪ ਕਹਿੰਦਾ ਹਰੇਕ ਬੰਦਾ ਹੋਇਆ ਹੋਰ ਦੱਸ ਅਸੀਂ 5-7 ਕਿੱਲਿਆਂ ਦੀ ਖੇਤੀ ਕਰਦੇ ਗੱਲ 15 ਭਈਆਂ ਨੂੰ ਵੀ ਖਾਣਾਉਂਦੇ ਆ ਹੋਰ ਆਪ ਤਾਂ ਖਾਣਾ ਹੀ ਖਾਣਾ ਸਾਰੇ ਟੱਬਰ ਨੇ 15 ਭਈਏ ਵੀ ਹੈ ਗੱਲ ਤੂੰ ਤਾਂ ਖਾਉਂਦਾ ਇਹ ਪਾਰਟੀ ਵੀ ਕਰ ਦਿੰਦੇ ਤੇ ਪਾਰਟੀ ਚੱਲਦੀ ਹੈ ਫਿਰ ਪਾਰਟੀ ਵੀ ਕਰ ਦਿੰਦੇ ਭਈਆ ਨਾਲ ਗੱਲ ਕਰਦਾ ਮੈਂ ਸਰਦਾਰ ਜੀ ਜਿੰਨੀ ਪਾਰਟੀ ਕਰਦਾ ਜਿੰਨੀ ਕੋ ਕਰਦਾ ਬਸ
ਸਾਰੀ ਉਮਰ ਮਰ ਗਿਆ ਤੈਨੂੰ 25 ਪੈਸੇ ਖਰਚਣੇ ਨਹੀਂ ਵੀ ਨਾ ਮਿਲੇ ਖਰਚਣੇ ਨੂੰ ਮੈਂ ਤਾਂ ਐਂ ਕਹਿੰਦਾ ਵੀ ਜਿਹੜਾ ਬੰਦਾ ਜਾਂਦਾ ਏ ਬਾਹਰ ਜਾਂਦਾ ਮੰਨ ਕੇ ਚੱਲ ਤੂੰ ਉਹ ਇੰਨਾ ਕੁ ਕਮਾ ਲਵੇ ਮੈਂ ਇੱਧਰ ਪ੍ਰੋਪਰਟੀ ਬਣਾਵੇ ਉਹ ਕਿੱਥੇ ਬਣਦੀ ਭਰਾਵਾ ਜਾਤੀ ਜਾਤ ਨੂੰ ਉਹਨਾਂ ਨੇ ਗੱਡੀ ਇੱਧਰ ਫਿਰ ਨਜ਼ਾਰਾ ਜਾਂਦਾ ਸੋਚ ਕੇ ਹੀ ਹੈ ਬੰਦਾ ਹਾਂ ਉਹ ਫਾਜ ਜਾਂਦਾ ਉੱਥੇ ਫਿਰ ਫਾਜ ਜਾਂਦਾ ਫਿਰ ਫਾਜ ਜਾਂਦਾ ਜਾਤੀ ਜਾਤ ਨੂੰ ਗੱਡੀ ਦੇਣੀ ਉਹਨਾਂ ਨੇ ਪਹਿਲਾਂ ਉਹੀ ਗੱਲ ਹੈ ਸਹੂਲਤਾਂ ਫਸਾਉਂਦੀਆਂ ਬੰਦੇ ਨੂੰ ਬਸ ਉਹ ਸਹੂਲਤਾਂ ਜੇ ਰਹੀ ਨਹੀਂ ਜੇ ਸਭ ਤੇ ਸੌਖਾ ਜੋ ਮਰਜ਼ੀ ਕਹਿਲਾ ਬੰਦਾ ਉਹੀ ਰੂਟੀਨ ਬਣ ਜਾਂਦੀ ਫਿਰ ਮੈਂ ਸਭ ਤੇ ਸੌਖਾ ਕੰਮ ਦੁਬਈ ਵਾਲਾ ਤਾਂ ਦੁਬਈ ਯਾਰ ਕੰਟਰੀ ਵਾਲਾ ਸਭ ਤੋਂ ਸੌਖਾ ਬੰਦਾ ਜਾਂਦਾ ਤਾਂ ਕਮਾਉਂਦਾ ਤਾਂ ਫੈਮਿਲੀ ਨਹੀਂ ਜਾਂਦੀ ਜਿੱਥੇ ਫੈਮਿਲੀ ਗਈ ਮੈਂ ਤਾਂ ਬੰਦਾ ਉੱਥੇ ਜੋਗਾ ਹੀ ਰਹਿ ਦੁਬਈ ਬੰਦਾ 50-50 ਸਾਲ ਵੀ ਲਾਏ ਲੋਕ ਬੰਦਾ ਇੱਧਰ ਉੱਧਰ ਕਮਾਵੇ ਇੱਧਰ ਪ੍ਰੋਪਰਟੀ ਬਣਾਵੇ ਇੱਧਰ ਫਿਰ ਰਾਜਾ ਉਹ ਆਪਣੇ ਫਿਕਰ ਤਾਂ ਨੀ ਹੈਗਾ ਕੋਈ ਮਰਜ਼ੀ ਪੈਸਾ ਆ ਜਾਵੇ ਤੇਰੇ ਕੋਲ ਜੇ ਤਾਂ 1,00,000 ਰੁਪਏ ਜਮਾ ਹੋ ਗਿਆ ਜੇ ਤੈਨੂੰ 7,000 ਵਿਆਜ ਦਾ ਮਿਲ ਗਿਆ ਤਾਂ ਕਹਿਣਾ 1,00,000 ਬਣ ਗਿਆ ਚੱਕਰ ਚ ਫਸ ਗਿਆ ਉਹਦਾ ਫਸ ਗਿਆ ਉਹ ਇਹੀ ਚੱਕਰ ਮਾਰਦਾ ਮੇਹਨਤ ਗੱਲ ਹੱਥਾਂ ਨੋਹਾਂ ਦੀ ਕਮਾਈ ਚੱਲੀ ਜਾਂਦੀ ਵਧੀਆ ਖਰਚਾ ਚੱਲੀ ਜਾਂਦਾ ਕੁਛ ਤਾਂ ਬੰਦੇ ਨੇ ਹੋਣਾ ਹੀ ਨਹੀਂ ਹੈਗਾ ਜਦੋਂ ਮੋਟਰਸਾਈਕਲ ਉਹ ਵੀ ਖੁਸ਼ ਆ ਉਹ ਕਹਿੰਦਾ ਮੈਂ ਕਾਰ ਲੈ ਲਵਾਂ ਜੇ ਪਹਿਲਾਂ ਆਲਟੋ ਲੈ ਲਈ ਜਾਂ ਮਰੂਤੀ ਲੈ ਲਈ ਫੇਰ ਉਹ 5-7 ਸਾਲ ਚਲਾ ਕੇ ਕਹਿੰਦਾ ਨਹੀਂ ਮੈਂ ਤੁਹਾਨੂੰ ਦੱਸਦਾ ਜੇ ਬੰਦੇ ਦੀ ਸੋਚ ਹੋਵੇ ਨਾ ਕਿਥੇ ਤੇ ਹਾਂ ਮੈਂ ਛੋਟੀ ਗੱਡੀ ਆ ਮੈਂ ਵੀ ਬੜੀ ਲਵਾਂ ਤਾਂ ਉਹ ਕਿਸੇ ਦਿਨ ਆ ਜਾਂਦੀ ਆ ਉਹ ਆ ਤਾਂ ਜਾਂਦੀ ਆ ਪਰ ਸਬਰ ਜਿਹੜੀ ਤਾਂ ਹੈਗਾ ਉਹ ਚੱਲੀ ਵੀ ਜਾਂਦਾ ਜੇ ਹੁਣ ਸਬਰ ਜੇ ਤਰੱਕੀ ਕਰੂਗਾ ਮਾੜੀ ਗੱਲ ਇਹ ਸਬਰ ਹੈ ਵੀ ਹਾਂ ਵੀ ਚੱਲ ਜੇ ਹੌਲੀ ਪੈਸੇ ਇਕੱਠੇ ਕਰਨੇ ਸਬਰ ਹੋ ਗਿਆ ਇਹਨੇ ਕਹਿਣਾ ਮੈਂ ਹੁਣੀ ਲੈਣੀ ਆ ਉਹ ਗਲਤ ਹੈ ਉਹ ਗਲਤ ਹੋ ਜਾਂਦਾ ਕੰਮ ਆ ਸਬਰ ਚੱਲ ਆਵਾਂ ਜਦੋਂ ਪੈਸੇ ਹੋਏ ਫਿਰ ਦੇਣਾ ਹੋ ਗਏ ਲੈ ਲਾ ਸੋਚੀ ਨਹੀਂ ਮਾੜੀ ਨਹੀਂ ਚਾਹੀਦੀ ਬੰਦੇ ਮਾੜੀ ਚਾਹੀਦੀ ਆ ਗੱਡੀ ਮੈਂ ਗੱਡੀ ਤੋਂ ਸਾਈਕਲ ਪਰ ਆ ਜਾ ਗੱਡੀ ਨਾਲ ਉਹ ਟਰੈਕਟਰ ਲੱਤਾ ਵਧੀਆ ਕਰਿਆ ਹੁਣ ਤਾਂ ਗੱਡੀ ਨਾਲ ਟਰੈਕਟਰ ਲੱਤਾ ਵਧੀਆ ਕਰਿਆ ਆਹੋ ਜੇ ਉਹਨੇ ਜੀ ਤੂੰ ਗੱਡੀ ਲੈ ਲੈਂਦਾ ਤਾਂ ਤੈਨੂੰ ਕੁਝ ਨਹੀਂ ਦੇਣਾ ਉਹਨੇ ਘੱਟ ਜੀ ਨਹੀਂ ਜਾਣਾ ਟੈਕਸ ਲਾਉਂਦਾ ਮੈਂ ਘੱਟ ਜੀ ਨਹੀਂ ਜਾਣਾ ਟੈਕਸ ਲਾਉਂਦਾ ਮੈਂ ਸਾਡੀ ਤੈਨੂੰ 25,000 ਦੀ ਇੰਸ਼ੋਰੈਂਸ ਕਰਾਉਣੀ ਪੈਣੀ ਸੀ ਪੱਕੀ ਹੋਰ ਕੁਛ ਤੇ ਹੋਰ ਤੇ ਤੇਲ ਖਰਚਾ ਟੋਲ ਸਭ ਕੁਛ ਹੁਣੇ ਤੈਨੂੰ ਕਮਾ ਕੇ ਤਾਂ ਦਊਂਗਾ ਹੋਰ 30,000 ਦਾ ਸਾਰਾ ਸੰਸਾਰ ਦਾ ਪੈਟਰੋਲ ਨਹੀਂ ਲੱਗਦਾ ਸਾਡਾ ਆਲਟੋ ਜੇ ਹੁਣ ਜੇ ਤੂੰ 30,000 ਦੀ ਗੱਡੀ ਲੈ ਲੈਣਾ ਜੇ ਤੂੰ 30,000 ਦਾ ਡੀਜ਼ਲ ਫੂਕੂਗਾ ਤੈਨੂੰ ਕਮਾ ਕੇ ਦਊਂਗਾ ਇਹ ਹਾਂ ਇਹ ਤਾਂ ਹੈਗਾ ਬਾਕੀ ਚਲੋ ਭਾਈ ਜਿਹਦੇ ਕੋਲ ਪੈਸਾ ਉਹਨੇ ਗੱਡੀ ਲੈਣੀ ਲੈਣੀ ਵੀ ਹੈਗੀ ਆ ਠੀਕ ਹੈ ਕਿ ਨਹੀਂ ਹੁਣ ਜੇ ਪੈਸੇ ਨਹੀਂ ਹੈਗਾ ਫਿਰ ਤਾਂ ਗੱਲ ਵੱਖਰੀ ਆ ਹਾਂ ਸਹੂਲਤ ਚਾਹੀਦੀ ਸਹੂਲਤ ਹੁਣ ਜਿਹਦੇ ਕੋਲ ਪੈਸਾ ਹੈਗਾ ਸਹੂਲਤ ਲੈਣੀ ਚਾਹੀਦੀ ਫਿਰ ਪਰ ਚਲਾਉਣੀ ਵੀ ਚਾਹੀਦੀ ਆ ਆਹੋ ਇਹਦੇ ਤਾਂ ਹੈਗਾ ਹੀ ਆ ਤੂੰ ਵੀ ਲੈ ਲਾ ਹੁਣ ਮੋਟਰਸਾਈਕਲ ਪੈ ਸਾਰੀ ਜਾਊਂਗਾ ਮੈਂ ਹਲੇ ਬਾਈ
ਸਿੱਧੀ ਗੱਲ ਦੱਸਾਂ ਤੈਨੂੰ ਘਰ ਪਾ ਲਾਇਆ 25-30 ਲੱਖ ਰੁਪਈਆ, ਹੁਣ 7 ਕਿੱਲਿਆਂ ਪਰ ਇੰਨਾ ਪੈਸਾ ਤਾਂ ਲੱਗ ਨਹੀਂ ਸਕਦਾ, ਇੰਨਾ ਲੱਗ ਗਿਆ, ਇਹ ਜਦ ਥੱਲੇ ਹੋਊਗਾ ਉੱਥੇ ਮੈਂ ਗੱਡੀ ਕਿੰਨੀ ਨੂੰ ਜਾਊਂਗੇ, ਤੈਨੂੰ ਸਿੱਧੀ ਗੱਲ ਦੱਸਤੀ ਉਹੀ ਫਿਰ ਸਬਰ ਤੋਂ ਤੇਲੀ ਕੰਮ ਇਹ ਟੈਕਟਰ ਲਿਆ, ਹੁਣ ਟੈਕਟਰ ਦਾ ਲੋਨ ਭਰੂਗਾ, ਟੈਕਟਰ ਦਾ ਲੋਨ ਉਤਰੂਗਾ ਤੂੰ ਤਾਂ ਹੀ ਗੱਡੀ ਮੂੰਹ ਕਰੂਗਾ, ਭਰੂ ਵਾਲੀ ਆਸ ਰੱਖ ਵੀ ਖੜੀ ਉਹ ਟੰਗਿਆ ਪਿਆ ਲੈਣੇ ਪਰ ਕਾਉਣਾ ਵੀ ਇਹ ਗਿਰੂਗਾ ਫਿਰ ਹਨੇਰੀ ਆਊਗੀ ਗਿਰੂਗਾ ਫਿਰ ਹਰਾ ਹੋਊਗਾ ਮਕਾਨ ਆਪਣਾ ਬਣ ਗਿਆ ਹੁਣ ਬੇੜਾ ਬੁੜਾ ਹੋਈ ਹੋਲੀ ਪੱਕਾ ਹੋਈ ਜਾਣਾ ਸਰਦਾ ਵਾ ਠੀਕ ਹੈ ਚੱਲੀ ਜਾਣਾ ਸਿਸਟਮ ਇਹ ਜਿਹੜਾ ਪੈਸੇ ਆਈ ਜਾਂਦੇ ਉੱਕੜਾ ਲੰਘੀ ਜਾਵੇ ਜੇ ਤੂੰ ਰੱਖਣਾ ਤੂੰ ਹੋ ਗਿਆ ਫਿਰ ਸਰ ਲਿਆ ਫਿਰ ਤਾਂ ਫਾਇਦਾ ਹੀ ਨੀ ਕੋਈ ਉਹਨਾਂ ਦਾ ਫਿਰ ਉਹਦਾ ਫਾਇਦਾ ਨੀ ਕੋਈ ਜੇ ਆਪਾਂ ਕਹੀਏ ਵੀ ਰੱਖੀ ਜਾਓ ਜਮਾ ਕਰੀ ਜਾਓ ਕੱਢੋ ਹੈ ਨਾ ਮਾਲੀ ਹੋਇਆ ਇੰਨੀ ਕੁ ਕਮਾਓ ਵੀ ਮਾੜੀ ਜ਼ਿੰਦਗੀ ਜੀਓ ਨਾ ਰੋਟੀ ਪਾਣੀ ਵਧੀਆ ਖਾਣਾ ਪੀਣਾ ਵਧੀਆ ਮਾੜੀ ਜ਼ਿੰਦਗੀ ਜੀਓ ਨਾ ਦਿਲ ਕੱਟੀ ਜਾਓ ਵਾਹ ਜੀ ਵਾਹ ਮਾੜੀ ਜ਼ਿੰਦਗੀ ਨਾ ਜੀਓ ਬਸ ਪੈਸਾ ਕਮਾਓ ਖਾਓ ਖਾਓ ਜਿਹੜਾ ਦਿਲ ਲੰਘਿਆ ਦਾ ਸਵਾਦ ਆ ਜਾਵੇ ਸਵਾਦ ਆ ਜਾਵੇ ਬਸ ਸਭ ਤੋਂ ਬੜੀ ਗੱਲ ਤਾਂ ਆਹ ਹੁਣ ਤਾਂ ਸਵਾਦ ਆ ਚਾਹੇ ਤੇਰੇ ਕੋਲ 1,00,000 ਰੁਪਈਆ ਹੁਣ ਬਾਹਰਲੀ ਕੰਟਰੀ ਅੰਗਰੇਜ਼ ਵੀ ਇਦਾਂ ਹੀ ਕਰ ਦਿੰਦੇ ਉਹਦਾ ਹਫ਼ਤਾ ਕਮਾ ਕੇ ਸ਼ਨੀਵਾਰ ਤੋਂ ਗੁੱਲ ਕਰ ਦਿੰਦੇ ਚੰਗੇ ਚੰਗੇ ਉਹਦਾ ਮਜ਼ਾ ਆਉਂਦੇ ਫਿਰ ਸਿਕੰਦਰ ਆਈ ਵੀ ਲੰਘ ਗਏ ਸਾਰੀ ਦੁਨੀਆਂ ਜਿੱਤ ਕੇ ਖਾਲੀ ਹੱਥ ਆਪਾਂ ਨੇ ਵੀ ਲੰਘ ਜਾਣਾ ਬਸ ਆਏ ਵੀ ਜ਼ਿੰਦਗੀ ਵਧੀਆ ਜੀ ਲੋ ਬਸ ਬੜੀ ਗੱਲ ਸਭ ਨੇ ਲੰਘ ਜਾਣਾ ਰਹਿਣਾ ਤਾਂ ਆਪਾਂ ਨੇ ਲੱਕੀ ਦਾ ਆਜੂਗਾ ਜੱਗਾ ਆ ਗਿਆ ਭਾਈ ਜੱਗਾ ਉੱਪਰ ਤੇ ਆ ਗਿਆ ਦੇਖ ਲੈ ਲੈ ਜੱਗਾ ਤਾਂ ਆਦੂਆ ਲੈ ਆ ਭਾਈ ਕਿਤੇ ਤੂੰ ਵੇ ਨਾਲ ਲੱਕੀ ਫਿਰਦਾ ਹਾਂ ਅਭੀ ਲੈ ਦਿਖਾਈ ਕੇ ਐਮਐਮ ਦੇ ਅਸੀਂ ਇਲੈਕਟ੍ਰੀਸ਼ੀਅਨ ਵੀ ਹੁੰਦੇ ਆ ਨਹੀਂ ਨਾ ਹੁੰਦਾ ਕਿਤੇ ਘਰ ਤੇ ਰੱਖ ਨਹੀਂ ਉਹ ਬੱਲੇ ਪਾਦੇ ਬੰਦੇ ਕਹਵਾ ਦੱਸ ਸਾਨੂੰ ਕਾਹਦੇ ਬੰਦੇ ਬੱਲੇ ਗ੍ਰੇਟ ਵੈਲ ਲੈਟ ਦੇ 50 ਰੁਪਏ 58 ਰੁਪਏ ਗਾਜ ਬੋਲੀ ਸੁੱਚ ਫੂਕਤੀ ਪਹਿਲਾਂ ਬਾਹਰ ਵਾਲੀ ਜਿੱਥੇ ਜੋੜ ਲੱਗੇ ਵੇ ਸਿੱਧੇ ਉਹਦੇ ਬਾਅਦ ਅੰਦਰ ਜਾ ਕੇ ਤਾਰਾਂ ਫੂਕਤੀਆਂ ਉਹ ਕਹਿੰਦਾ ਵੀ ਹੁਣ ਕੱਢ ਦੇ ਦੋ ਹਾਂ ਵੀ ਹੋਰ ਵੀ ਨੁਕਸਾਨ ਕਰੂਗੀ ਫਿਰ ਹੁਣ ਇਹ ਪਾਉਣੀਆਂ ਪੈਪਾਂ ਚ ਉਹ ਕਹਿੰਦਾ 4 ਦੀ ਪਾ ਲਾ ਮੈਂ ਨਹੀਂ ਤਾਂ ਹੁਣ 6 ਦਾ ਹੀ ਫਾਹ ਵੱਢਣ ਦੇ ਨਹੀਂ 4 ਦੀ ਨਾ ਪਾਈ ਗ੍ਰਿਪਾ ਤੱਕ ਚੰਗੀ ਆ ਮਾੜੀ ਤਾਰ ਨਾ ਗੱਲ ਤਾਰਾਂ ਦਾ ਹੋਰ ਤਾਂ ਗੁੱਛਾ ਬਣਾ ਲੈਣਾ ਫਿਰ ਹੁਣ ਹੈ ਥੋੜੀ ਦਿਨ ਤਾਂ ਰੋਲ ਲਿਆਉਂਦਾ ਜੇ ਫਿਰ ਤਾਂ ਉੱਥੇ ਸਸਤਾ ਮਿਲਣਾ ਤਾਂ ਦੋ ਸਾਲ ਦੀ ਹੋ ਗਈ ਉਹ ਘਰ ਆਦੀ ਤਾਂ ਹੀ ਬਣਾਉਂਦਾ ਉਰੇ ਵੀ ਕਰਨੇ ਪਾਪਾ ਨੇ
ਗਰਮੇ ਗਰਮ ਪਨੀਰ ਪਕੌੜਾ ਮੈਂ ਤਾਂ ਹਰਸ਼ ਵੀ ਕਰਦਾ ਮੈਂ ਕਿਹਾ ਲਿਆ ਮੁੰਡੇ ਨੂੰ ਵੀ ਖਾਣਾ ਪਾ ਲੂਗਾ ਉਹ ਨਹੀਂ ਹੈ ਢਿੱਲਾ ਹੈ ਉਹ ਫੋਨ ਕਰ ਲੋ ਹਸਵੀਰ ਤਾਂ ਮੁੰਡਾ ਢਿੱਲਾ ਹੈ ਕਿਉਂ ਗਿਆ ਖਾ ਜਾਣਾ ਕੱਲ ਦਾ ਤਾਂ ਹੀ ਨਹੀਂ ਹੋ ਗਿਆ ਉਹ ਕਹਿੰਦਾ ਤਾਂ ਚਾੜ ਉਹ ਕੱਲ ਸੀ ਉੱਥੇ ਖਾਇਆ ਸੁੱਖੀ ਦੀ ਕੁੜੀ ਦਾ ਪਿਆ ਤੇਰਾ ਹਾ ਸੁੱਖੀ ਦੀ ਕੁੜੀ ਦੇ ਜਾਂਦੇ ਜਾਂਦੇ ਤਾਂ ਕੱਲ ਕੱਲ ਉਹਨਾਂ ਵੀ ਜਾਣਦਾ ਉਹ ਵੀ ਘਰਾਂ ਪ੍ਰੋਗਰਾਮ ਦਾ ਉੱਥੇ ਖਾਇਆ ਫਿਰ ਬੁਖਾ ਚੜ ਗਿਆ ਰਾਤ ਫਿਰ ਹਾਂ ਭਈਆ ਕਰਮਜੀਤ ਰੈੱਡ ਵਾਲੇ ਆ ਲੈ ਲੋ ਜੀ ਆ ਰਹੀ ਆ ਬਸ ਮੰਜਾ ਐਡਾ ਮੰਜਾ ਮੰਜੇ ਭਈਆ ਆਹ ਨਾ ਭਾਈ ਥੋੜੀ ਤੁਹਾਡੀ ਕੰਮਾ ਭਾਈ ਗਰਮ ਆ ਚੁੱਕਾ ਮਰ ਗਿਆ ਖੜਾ ਬੰਦੇ ਹੌਲੀ ਹੌਲੀ ਆਉਣੇ ਆ ਭਾਈ ਹੁਣ ਬਿੰਦਰ ਨੂੰ ਮਾਰ ਲਾ ਫੋਨ ਬਿੰਦਰ ਨਹੀਂ ਆਇਆ ਰਾਖੀ ਬਿਠਾਇਆ ਪਤਾ ਹੈ ਮੋਟਰਸਾਈਕਲ ਦੀ ਦੁਕਾਨ ਤੇ ਆ ਕੰਮ ਦੇ ਮਨੇ ਆ ਟਾਈਮ ਆ ਕਹਿ ਕੇ ਆਇਆ ਉਹਨੂੰ ਮੈਂ ਪੁੱਛ ਰਿਹਾ ਇਹਨੂੰ ਜੱਗੇ ਨੂੰ ਕਹਿੰਦਾ ਆਇਆ ਆ ਜਾਣਾ ਆ ਜਾਣਾ ਭਾਈ ਆ ਟਾਈਮ ਗਾਹਕ ਵੀ ਆਉਂਦੇ ਆ ਹੋਰ ਉਹੀ ਚੱਕਰ ਹੈ ਭਾਈ ਜੇ ਕੋਈ ਆ ਟਾਈਮ ਜਾਂਦੇ ਆ ਨਾ 5 ਮਿੰਟ ਰੋਕ ਲਵੇ ਰੋਕ ਲਵੇ ਬਿੱਲੂ ਸਾਰੇ ਪੈਕਟ ਬਣਾਏ ਪਏ ਪੈਕਿੰਗ ਕਰੀ ਹੋਈ ਆ ਬਿੱਲੂ ਨੇ ਫਟਾਫਟ ਚੱਕ ਕੇ ਦਿੰਦੇ ਤੇ ਉਹਨਾਂ ਨੂੰ ਤਾਂ ਬਹੁਤ ਟਾਈਮ ਲੱਗੇ ਹੁਣ ਧੱਕਾ ਪੈਂਦਾ ਉਹਦੇ ਪਰ ਦੇਖ ਲੈ ਵੀ ਰੱਖ ਲਵੇ ਹੈ ਅਮਰਜੈਂਸੀ ਚੇਲਾ ਵੀ ਚਾਹੀਦਾ ਮੈਂ ਕਹਿੰਦਾ ਉਹਨੇ ਪੈਕਿੰਗ ਵਾਲੀ ਨਹੀਂ ਸਾਰੀ ਉਹ 10 ਕਿਲੋ ਦੇ ਲੈ ਕੇ 5 ਕਿਲੋ ਚੀਨੀ ਦਾ ਪੈਕਟ ਸਾਰੇ ਪੈਕਿੰਗ ਕਰੀ ਹੋਈ ਆ ਉਹਨੇ ਤਿੰਨ ਪਿੰਡ ਗਿਆ ਬਹੁਤ ਪਿੰਡ ਗਿਰਦੇ ਉਤਰ ਕੀ ਹੋਣਾ ਚਾਰ ਦਿਨ ਰਹਿੰਦੇ ਆ ਸੋਲਾਂ ਤੱਕ ਹੈਗੀ ਆ ਨਾਲੇ ਇਹ ਵਾਰ ਤਾਂ 10 ਦਿਨ ਕੰਮ ਲੇਟ ਚੱਲਦਾ ਪੰਦ ਦੇ ਬਾਅਦ ਵੀ ਕੰਮ ਹੋਣਾ ਨਾਲੇ ਉਲਟੇ ਚੱਲਦਾ ਕਹਿੰਦੇ ਅਲੇ ਮਹੀਨੇ ਅੱਸੂ ਚ ਭਾਦੋ ਲਾਉਣਾ ਜਾਂ ਸਾਉਣ ਹੁਣ ਭਾਦੋ ਚੱਲਦਾ ਸਾਉਣ ਵਾਲੇ ਮੀਂਹ ਹੁਣ ਚੱਲਦੇ ਆ ਕੱਲ ਨੂੰ ਉਹ ਆ ਨਾ ਦਸਵੀਂ ਕੱਲ ਨੂੰ ਕੱਲ ਨੂੰ ਦਸਵੀਂ ਸੰਗਰਾਂਦ ਕਰਦੀ ਆ ਸੋਲਾਂ ਸੰਗਰਾਂਦ ਸੰਗਰਾਂਦ ਸੁੱਕੀ ਲੱਗ ਜਾਵੇ ਅੱਸੂ ਚੜਨਾ ਸੰਗਰਾਂਦ ਵਾਲੇ ਦਿਨ ਫੇਰ ਪਾ ਰਿਹਾ ਕੰਮ ਅੱਸੂ ਚੜਨਾ ਹੋ ਸੰਗਰਾਂਦ ਨੂੰ ਨਾ ਮੀਂਹ ਪਵੇ ਨਹੀਂ ਸਾਰਾ ਅੱਸੂ ਪਈ ਜਾਂਦਾ ਕਹੀ ਤਾਂ ਵੱਢੋ ਲੈ ਮੈਂ ਉਹੀ ਕਹਿੰਦਾ ਫੇਰ ਨਹੀਂ ਵੱਢੋ ਲੈ ਅੱਸੂ ਬਲੂਆ ਹੈ ਯਾਰ ਪਤਾ ਹੀ ਮੈਨੂੰ ਲੱਗੀ ਜਾਂਦਾ ਵੀ ਤਾਂ ਨੇ ਗੇਤੇ ਆ ਗਏ ਸੋ ਹਨਾ ਆਇਓ ਗੇਤੇ ਆ ਬਹੁਤ ਫਰਕ ਆ ਫਰਕ ਨਹੀਂ ਹੈਗਾ ਯਾਰ ਫਰਕ ਹੈ ਅੱਗੇ ਭਾਈ 15 ਤਰੀਕ ਤੱਕ ਬੈਠ ਹੁੰਦੇ ਆ ਆਹੋ ਕਿੰਨੀਆਂ ਵੈਰਾਈਟੀਆਂ ਨੇ ਸਾਰੀ ਥੋੜੇ ਦਿਨ ਵਾਲੀਆਂ ਜਿਹੜੀ 468 ਜੀ ਆਏ ਬਿਓ ਛੇਤੀ ਆ ਇੰਨੇ ਹੀ 26 ਨੂੰ ਵੀ ਕਰਤਾ ਇਹ 26 ਨੂੰ ਵੀ ਕਰਤਾ 468 ਨੇ ਭਾਈ ਫਰਕ ਹੈ ਅੱਗੇ ਨਹੀਂ 15 ਤਰੀਕ ਤੱਕ ਭਾਈ ਆਉਣ ਲੱਗ ਜੇ ਕਰ ਦੇਤਾ ਨਾ ਇਹਨੇ ਕਾਮਯਾਬ ਰਹਿਣਾ ਹੈ
ਭਾਦੋ ਲੱਗ ਜਾਵੇ ਫੇਰ ਠੀਕ ਹੈ। ਬਹੁਤ ਗਲਤ ਹੈ ਬੁਖਾਰੀ ਦਾ। ਇੱਕ ਨਾ ਅੱਗੇ ਤਈਆ ਚੜ੍ਹਦਾ ਹੁੰਦਾ ਤੀਜੇ ਦਿਨ, ਉਹਦੇ ਨਾਲ ਦਾ ਭਾਦੋ ਦਾ ਕੰਮ ਇਹ। ਚੱਕਰ ਪਤਾ ਕਿ ਅੱਗੇ ਨਾ ਤੇਰੀਆਂ ਦੁੱਧ ਨਾਲ ਜਿਹੜੇ ਆਪਣੇ ਸਸਪੈਂਸ ਦੀ ਗੋਲੀ ਮਿਲਦੀ ਉਹ ਖਾਇਆ ਕਰਦੇ ਤੇ ਉੱਥੇ ਬੁਖਾਰ ਨਹੀਂ ਚੜ੍ਹਦਾ। ਹੁਣ ਕੋਈ ਖਾਂਦੇ ਨਹੀਂ, ਉੱਥੇ ਜਾਂਦੇ ਨਹੀਂ ਕੋਈ ਦਵਾਈ ਲੈ ਯਾਰ। ਉਹ ਪੈਸੇ ਸਕੂਲਾਂ ਵਿੱਚ ਆਪ ਖਾ ਕੇ ਆਇਆ ਕਰਦੇ, ਆਪ ਖਾ ਕੇ ਆਇਆ ਕਰਦੇ। ਦੁੱਧ ਪੀ ਲਿਓ ਭਾਈ ਜਾ ਕੇ, ਦੁੱਧ ਪੀ ਲਿਓ। ਹੁਣ ਕੋਈ ਦਵਾਈ ਲੈਣੀ ਜਾਂਦਾ, ਦਵਾਈ ਸਾਰੀਆਂ ਹੁੰਦੀਆਂ ਸਰਪੰਚ ਇੱਥੇ ਆਪਣੇ ਪਿੰਡ ਆਪਣੇ, ਕੋਈ ਜਾਂਦਾ ਹੀ ਨਹੀਂ। ਇਹ ਪਹਿਲਾਂ ਖਾ ਜਾਵੇ ਨਾ ਦਵਾਈ ਗੋਲੀ, ਬਹੁਤ ਵਧੀਆ ਚੀਜ਼ ਆ ਉਹ। ਸਮੇ ਸਮੇ ਨਾਲ ਸਾਰਾ ਕੁਝ ਬਦਲ ਲਾਇਆ। ਅੱਜ ਕੱਲ ਫੋਨ, ਅੱਜ ਘੰਟਾ ਫੋਨਾਂ ਵਿੱਚ ਕੁਝ ਹੋਰ ਤਾਂ ਪਹਿਲਾਂ, ਹੁਣ ਸਾਰਾ ਸਿਸਟਮ ਬਦਲ ਗਿਆ। ਮੈਂ ਪਤਾ ਸਾਰਾ ਫੋਨ ਹੀ ਬਦਲ ਗਿਆ, ਉਹਨੇ ਬਦਲਦਾ ਅਪਡੇਟ ਕਰ ਲਿਆ, ਅਪਡੇਟ ਕਰਤਾ ਉਹਨੇ ਬਬਲ ਸੇ ਆਇਆ ਗਿਆ ਮੈਨੂੰ ਤਾਂ ਪਤਾ ਹੀ ਨਾ ਤਾਂ ਨਹੀਂ ਜਾਂਦਾ ਕਿੱਧਰ ਜਾਈਏ। ਇੰਨਾ ਫਰਕ ਪੈ ਗਿਆ ਜੀ। ਹਾਂ ਉਧਰ ਬਸ ਨਵੇਂ ਆ ਗਏ, ਇਹਦਾ ਵਿੱਚੇ ਸਾਰਾ 18 ਆ ਗਿਆ ਯਾਰ, ਇੱਧਰ ਉੱਧਰ ਹੋ ਗਿਆ 18 ਆ ਗਿਆ, 16 ਅਪਡੇਟ ਦੂਆ 18 ਆ ਗਿਆ, ਵਰਜ਼ਨ 18 ਆ ਗਿਆ ਤਾਂ 16 ਦਾ ਫੋਨ ਆ ਗਿਆ ਮੇਰੇ ਪਾ ਦੂਆ ਆਇਆ ਜਿਹੜਾ ਉਹ ਹੁੰਦਾ ਮੈਟਾ। ਹਾਂ ਉਹ ਮੇਰਾ ਪਹਿਲਾਂ ਆ ਗਿਆ, ਉਹ ਚ ਇਸ਼ੂ ਤਾਂ ਹੈਗੇ ਮਾ ਮੋਟੇ, ਉਹਨੇ ਵੀਡੀਓ ਐਡਿਟਿੰਗ ਵਾਲੀ ਐਪ ਖੜਾਤੀ, ਉਹ ਫਰਕ ਪੈ ਗਿਆ। ਬੌਕੇਟ ਕਰੀ ਵੀਡੀਓ ਹੁਣ ਇੱਕ ਮੈਂ, ਹੁਣ ਬਾਕੀ ਰਾਤ ਨੂੰ ਵੀ ਹੋਰ ਐਪ ਡਾਊਨਲੋਡ ਕਰਦਾ ਜਾ ਕੇ ਡੋਲ ਕੇ ਕੋਈ ਜਿਹੜੀ ਕੰਮ ਕਰੇ। ਭਾਈ ਡੈਮੋ ਵਾਸਤੇ ਛੱਡਦੇ ਹੁੰਦੇ ਇਹ ਡੈਮੋ ਨਾ, ਇਹ ਬੇਟਾ ਹੁੰਦਾ ਇਹ ਪਹਿਲਾਂ ਦੇ ਦਿੰਦੇ ਆ ਵੀ ਜੋ ਜਿਹੜੇ ਇਸ਼ੂ ਹੁੰਦੇ ਆ ਫਿਰ ਆਪਾਂ ਜਾਈ ਜਾਂਦੇ ਆ, ਆਟੋਮੈਟਿਕ ਜਾਈ ਜਾਂਦੇ ਆ। ਜੇਕਰ ਮੇਰੀ ਐਪ ਕਰੈਸ਼ ਹੋਈ ਆ ਇਹਨਾਂ ਦਾ ਮੈਸੇਜ ਆਪਣਾ ਚਲੇਗਾ, ਇਹਨਾਂ ਨੇ ਐਪ ਠੀਕ ਕਰ ਦੇਣਾ। ਦਿੱਲੀ ਨੂੰ ਫੋਨ ਕਰਿਆ ਉਹਨੇ ਖੜਾ ਤੇਰੇ ਪਾ ਨਹੀਂ ਲੰਘ ਗਿਆ ਹੁਣ ਆਇਆ ਦਿੱਲੀ ਹੋਰ ਪਾਸੇ ਪਾ ਕੇ ਖਾ ਲਿਆ ਕਿਹੜੇ ਬ੍ਰੈਡ ਵਾਲਾ ਕਿੰਨੀ ਤਾਂ ਨੀ ਹੈਗਾ ਅੱਜ ਬ੍ਰੈਡ ਵਾਲਾ ਕਿੰਨੀ ਤਾਂ ਨੀ ਡਿਸਕਾਊਂਟ ਮੈਂ ਰੇਟ ਪੁੱਛਿਆ ਕਿੰਨਾ ਲਾਇਆ ਮੈਨੂੰ ਮੈਨੂੰ ਲਾਇਆ ਨੀ ਸਕਦਾ ਉਹ ਲੜੀ ਆਪਣੀ ਪਕੌੜੇ ਹੈਗੇ ਇੱਕ ਮੈਂ ਹੋਰ ਕੰਮ ਦੇ ਹੌਸਲੇ ਵੀ ਨੀ ਹੈਗੇ ਰੋਪੜ ਲੈ ਕੇ ਕਰਦੇ। ਇੱਕ ਮੈਂ ਹੋਰ ਦੇਖਿਆ ਤੂੰ ਹੋਰ ਦੁਕਾਨਾਂ ਪਰ ਵੀ ਚਲੇ ਜਾਈ, ਤੈਨੂੰ ਤੇਲ ਦੇਖੀ ਸਲਾਹ ਹੁੰਦਾ ਕੜੇ ਭਾਈ ਨਾ ਕਾਲੇ ਤੇਲ ਮੈਂ ਪਕਾਉਂਦੇ ਹੁੰਦੇ ਆ ਹੈ, ਇਹਦਾ ਤੇਲ ਦੇਖੀ ਐਨ ਰਿਫਾਈਂਡ ਸਾਫ ਹੁੰਦਾ ਸਾਫ ਤਾਂ ਹੋਣੀ ਪੁੱਠੀ ਤਾਂ ਬੰਦ ਨੀ ਹੋਣੀ ਕਰਕੇ ਕਾਲੇ ਤੇਲ ਮੈਂ ਪਕਾਉਂਦੇ ਹੁੰਦੇ ਆ
ਮਾਰ ਕੇ ਲੋ ਖੋਆ ਚਲੋ ਬਾਈ ਠੀਕ ਆ, ਹਰਾ ਪਾਲਾ ਪੀਲਾ ਪਾਉਣਾ ਦੱਸ ਦੇ ਦਿਓ ਆ ਗਿਆ। ਠੀਕ ਆ ਜੀ, ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ ਜੀ।